ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਮਿਸ਼ਰਪੁਰਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਸਰਬਜੀਤ ਵੀਰ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਅਤੇ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਵੀਡੀਓ ਜਿਹੜੇ ਪੂਰੀ ਜ਼ਰੂਰ ਵੇਖਿਓ, ਕੁਝ ਸੂਈਆਂ ਤੁਹਾਨੂੰ ਵਿਖਾਵਾਂਗੇ ਅਤੇ ਕੁਝ ਗੱਬਣਾਂ ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਠੀਕ ਠਾਕ ਜੀ? ਕਿਰਪਾ ਜੀ ਮਹਾਰਾਜ। ਚਲੋ ਵਧੀਆ, ਕਿਰਪਾ ਚਾਹੀਦੀ ਜੀ। ਤੇ ਨਾਮ ਦੱਸਦੇ ਕਰੀ ਆਪਣਾ? ਨਾਮ ਸਰਬਜੀਤ। ਹਾਂਜੀ। ਪਿੰਡ ਮਿਸ਼ਰਪੁਰਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਤਹਿਸੀਲ ਬਟਾਲਾ, ਹੈ ਨਾ? ਤੇ ਫੋਨ ਨੰਬਰ ਬੋਲਦੇ ਇੱਕ ਵਾਰੀ? 7176 44509। ਠੀਕ ਹੈ ਜੀ। ਤੇ ਸ਼ੁਰੂਆਤ ਝੋਟੀ ਤੇ ਕਰ ਲਈਏ ਫਿਰ ਆਪਾਂ? ਝੋਟੀ ਰਾਤੀ ਭਾਰੀ ਸੂਈ ਜੀ। ਠੀਕ ਹੈ ਜੀ। ਤੇ ਝੋਟੀ ਬਹੁਤ ਜ਼ਿਆਦਾ ਚੰਗੀ ਹੈ, ਦੁੱਧ 16-17 ਕਿਲੋ ਪਾਉਣ ਵਾਲੀ ਹੈ। ਅੱਛਾ, 16-17 ਲੀਟਰ ਦੁੱਧ ਕਰ ਜੂਗੀ। ਚਵਾਈ ਚੂਈ ਫਿਰ ਸੀਲ ਛਾਲ ਬੜੀ ਝੋਟੀ। ਆ ਥਾਣ ਵੀ ਆ ਦੇਖ ਸਕਦੇ, ਬੜਾ ਕਮਾਲ ਦਾ ਵਾ ਜਿਹੜਾ ਇਹਦਾ। ਲਿਆ ਖੋਲੋ ਹਾਂ ਫਿਰ ਤੋਲ ਦਈਏ। ਬੱਚਾ ਕੀ ਆ ਗਿਆ ਵੀਰ ਜੀ? ਨਾ ਕੱਟਾ ਕਾਫੀ ਪਲਿਆ ਦਿੱਤਾ ਇਹਨੇ ਕਰੀ। ਆ ਦੇਖ ਸਕਦੇ ਖੋਰੀ ਇਹਦੇ, ਦੇਖ ਸਕਦੇ ਬਿਲਕੁਲ ਤਾਜ਼ੀ ਹੈ ਜੀ। ਰਾਤੀ ਸੂਈ ਹੈ ਜੀ। ਰਾਤੀ ਸੂਈ ਹੈ ਜੀ। ਚੰਗੇ ਵੱਡੇ ਕੱਦ ਕਾਟਦੀ ਆ, ਥੱਲਿਆਂ ਬੜੀ ਸਫਾਈ ਜਿਹਾ। ਹਾਂ ਦੇਖ ਸਕਦੇ ਜੀ। ਥੱਲਿਆਂ ਵੀ ਬੜੇ ਕਮਾਲ ਦੀ ਤਿਆਰ ਹੋਈ ਆ ਪੂਰਾ ਜਿਹੜਾ ਵਾ। ਚੰਗੀ ਸੋਹਣੀ ਝੋਟੀ ਆ ਜਿਹੜੀ, ਚੰਗੇ ਕੱਦ ਕਾਠ ਵਾਲੀ ਆ। ਆ ਦੇਖ ਸਕਦੇ, ਭਾਵੇਂ ਇਸ ਤਰ੍ਹਾਂ ਹੀ ਥੱਲੇ ਬਹਿ ਜਾਓ, ਇਸ ਤਰ੍ਹਾਂ ਹੀ ਧਾਰ 'ਤੇ। ਹਾਂ ਦੇਖ ਸਕਦੇ, ਬੋਲਾ ਹੀ ਆ ਜੇ ਪੂਰਾ, ਪੂਰੀ ਸਾਫ ਧਾਰ ਆ ਜਿਹੜੀ। ਠੀਕ ਹੈ ਜੀ। ਇੱਕ ਥਾਂ 'ਚ ਜਿਹੜੀ ਰਹਿ ਗਈ ਉਹ ਵੀ ਥੋੜ੍ਹੀ ਜਿਹੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ। ਉਹ ਵੀ ਥੰਦ ਵੀਰ ਜੀ, ਇੱਕ ਦੀ ਧਾਰ ਰਹਿ ਗਈ ਜਿਹੜੀ। ਹਾਂ ਦੇਖ ਸਕਦੇ, ਬਿਲਕੁਲ ਸਾਫ ਹੈ ਜਿਹੜੀ। ਠੀਕ ਹੈ ਜੀ, ਬੰਦ ਵੀਰ ਜੀ ਬੱਚਾ। ਤੇ ਕੀ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ? ਆਪਾਂ ਭਾਜੀ ਮੁੱਲ ਜਾਇਜ਼ ਹੀ ਰੱਖਣਾ, ਝੋਟੀ ਦੇ 1.5 ਲੱਖ ਦੀ ਆ। ਹਾਂਜੀ, 1-35 ਦੀ ਦੇ ਦੋਗੇ? ਮੌਕੇ ਤੇ ਹੋਰ ਕਰ ਦੋਗੇ ਮੰਤਨ? ਕੋ ਫੋਨ ਲਾਵੇ ਇੱਕ ਵਾਰੀ, ਨਵਾਂ ਸਾਲ ਆਉਂਦੇ ਹੁਣ ਮੋੜਿਓ ਨਾ ਕਿਸੇ ਨੂੰ। ਨਹੀਂ ਮੋੜਦੇ, ਝੋਟੀ ਭਾਜੀ ਜਿਆਦੀ ਜਿਆਦੀ ਚੰਗੀ ਆ ਤੇ। ਠੀਕ ਹੈ ਜੀ, ਬਹੁਤ ਖਰੀ ਚੋਣ ਚਾਣ ਬੜੀ, 1 ਨੰਬਰ ਆ। ਠੀਕ ਹੈ ਜੀ, ਠੀਕ ਹੈ। ਤੇ ਚਲੋ ਹੁਣ ਗਾਵਾਂ ਦਿਖਾਈਏ ਆਪਾਂ ਫਿਰ। ਆ ਸੂਈ ਸਵਾਈ ਆ ਜਿਹੜੀ, ਬੱਚਾ ਕੀ ਜੇ ਤੇ ਮਗਰ? ਮਗਰ ਵਛਾ ਜੇ, ਪਰਸੋਂ ਦੀ ਭਾਜੀ ਸੂਈ ਜੀ। ਪਰਸੋਂ ਦੀ ਸੂਈ ਆ, ਨਾਲ ਜਿਹੜਾ ਨਾਲ ਹੀ ਆ। ਤੇ ਥਾਣ ਇਹਦੇ ਵੀ ਦੇਖ ਸਕਦੇ, ਬੜਾ ਚਵਾਈ ਵਾਲਾ ਥਾਣ ਆ ਭਾਜੀ। ਠੀਕ ਹੈ, ਬਹੁਤ ਚੰਗੀ ਮਸ਼ੀਨ। ਕਿਨਵਾ ਸੂਆ ਜੀ ਵਿੱਦੀ? ਇਹਦਾ ਭਾਜੀ ਦੂਜਾ ਸੂਆ ਜੀ ਬੈਠਦਾ। ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਹ ਪਰਸੋਂ ਸੂਈ ਭਾਜੀ। ਤੇ ਬੋਲਾ ਕਿੰਨਾ ਜੇ? 12 ਕਿਲੋ ਜੀ। 12 ਲੀਟਰ ਤਿਆਰ ਆ। ਕਿੰਨਾ ਚਵਾਈ ਜਾਊਗੀ? 20 ਕਿਲੋ ਭਾਜੀ ਗਾਂ ਦੁੱਧ ਚਵਾ ਦੂਗੀ। ਅੱਛਾ, ਲਿਆ ਫਿਰ ਤੋਰਦੀ ਆ। ਬਾਕੀ ਆ ਦੇਖ ਸਕਦੇ ਜੇ ਚਿਹਰੇ ਤੋਂ ਵੀ ਚੰਗੀ ਤਰ੍ਹਾਂ। ਵੀਹ ਲੀਟਰ ਤੱਕ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾ ਸਕਦੀ, ਤਾਜ਼ੀ ਸੂਈ ਆ ਬਾਕੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਅੱਖੀਂ ਵੇਸ ਚਾਖ ਕੇ, ਹੱਥੀਂ ਚਵਾਈ ਕਰਕੇ, ਤਸੱਲੀ ਕਰਕੇ ਫੇਰ ਹੀ ਖੜੇ ਕੋਈ ਵੀਰ। ਤੇ ਇਹਦਾ ਵਿੱਚ ਕੀ ਰੱਖ ਦਈਏ ਮੁੱਲ ਆਪਾਂ ਫਿਰ?
ਥਣ ਬੜਾ ਕਮਾਲ ਦਾ ਇਹਦੇ ਕੋਲ ਵੀ ਮੂੰਹ ਚਾਰ ਦੰਦ ਪਹਿਲਾਂ ਨੇ ਤੇ ਇਹਦੇ ਕੋਲ ਕਿੰਨਾ ਦੁੱਧ 8 ਕਿਲੋ ਦੁੱਧ ਆ ਭਾਜੀ ਤੇ ਇਹ ਕਿੰਨਾ ਚਵਾ ਜੂਗੀ ਇਹ ਭਾਜੀ 12 ਕਿਲੋ ਦੁੱਧ ਵੱਛੀ ਚਵਾ ਦੇ ਜੇ ਤੋਰ ਜੀ ਚੋਣ ਚੋਣ ਚੁੱਕ ਕੇ ਪੂਰੀ ਇੱਕ ਨੰਬਰ ਭਾਜੀ ਇਹ ਸੀਲ ਠੰਡੀ ਫਿਰ ਬਹੁਤ ਚੱਲੀ ਚਵਾਈ ਰੱਸੀ ਪਾ ਕੇ ਕਿ ਉਸ ਤਰ੍ਹਾਂ ਹੀ ਉਹ ਰੱਸੀ ਅਸੀਂ ਪਾ ਲੈਨੇ ਆ ਅੱਛਾ ਰੱਸੀ ਪਾ ਲਈ ਦੀ ਪਰ ਇਸ ਤਰ੍ਹਾਂ ਹੀ ਆ ਰੱਸੀ ਪਾ ਲਈ ਦੀ ਆ ਠੀਕ ਹੈ ਜੀ ਚਲੋ ਤੋਰ ਦੋ ਇੱਕ ਕਰੀ ਇਹ ਸੀਲ ਸਭ ਬੜੀ ਠੀਕ ਹੈ ਜੀ ਬਾਕੀ ਰੱਸੀ ਘਜਾਉਣੀ ਚਾਹੀਦੀ ਆ ਚਲੋ ਆ ਨਹੀਂ ਇਹ ਗਾਵਾਂ ਨੂੰ ਤਾਂ ਰੱਸੀ ਦੇ ਬਾਕੀ ਫਿਰ ਵੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਖੜਾ ਪਹਿਲਾ ਸੂਆ ਵਾ ਜਿਹੜਾ ਇਹਦਾ ਬੰਦ ਬੰਦ ਹੋਈ ਜੀ ਬੱਚੇ ਵੱਲ ਨੂੰ ਥੋੜ੍ਹਾ ਜਿਹਾ ਤੇਜ਼ ਜਾਂਦੀ ਹੈ ਬਾਕੀ ਇਹ ਗਾਵਾਂ ਦਾ ਥੋੜ੍ਹਾ ਬੱਚਿਆਂ ਨਾਲ ਪ੍ਰੇਮ ਜ਼ਿਆਦਾ ਹੁੰਦਾ ਅਤੇ ਇਹਦਾ ਵੀਰ ਜੀ ਕੀ ਰੱਖੀਏ ਫਿਰ ਆਪਾਂ ਮੁੱਲ ਕਿੰਨਾ ਕੁ ਨਵੇਂ ਸਾਲ ਦੇ ਲਾਗੇ ਬੰਨੇ ਸੁੱਕੂਗੀ ਅੱਛਾ ਠੀਕ ਹੈ ਬਾਕੀ ਕੱਦ ਕਾਠ ਜਿਹੜਾ ਇਹਦਾ ਕਾਫੀ ਚੰਗਾ ਵਾ ਜਰਸੀ ਕਰੋਸ ਚ ਆ ਪਰ ਜਿਹੜੀ ਆ ਚੰਗੇ ਕੱਦ ਕਾਠਦੀ ਆ ਪੂਰੇ ਭਾਰੇ ਪੱਲੇ ਦੀ ਗਾਂ ਵਾ ਜਿਹੜੀ ਚੰਗੀ ਸਾਂਭੀ ਸੁੰਭੀ ਆ ਪੂਰੇ ਚੰਗੇ ਬੋਡੀ ਵੇਟ ਵਾਲੀ ਦੇਖ ਸਕਦੇ ਹਵਾਨਾ ਇਹਦਾ ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਇਹਦਾ ਜਿਹੜਾ ਚੰਗਾ ਪ੍ਰੋਪਰ ਹੱਥ 'ਚ ਆਉਣ ਵਾਲਾ ਥਣ ਹੈ ਜਿਹੜਾ ਇਹਦਾ ਵੀ ਆ ਦੇਖ ਸਕਦੇ ਜੀ ਤੇ ਇਹਦਾ ਵੀਰ ਜੀ ਕੀ ਮੁੱਲ ਜੇ ਫਿਰ ਭਾਜੀ ਇਹਦਾ ਵੀ ਜਾਇਜ਼ ਹੀ ਮੁੱਲ ਆ ਕਿੰਨਾ ਇਹ ਮੁੱਲ ਇੰਨਾ ਕੁ ਕਰਨਾ ਵਾ ਵੀ ਜਿਹਦੇ ਵੀ ਘਰ ਜਾ ਕੇ ਸੂਕੇ ਦੋਵਾਂ ਮਹੀਨੇ 'ਚ ਦੁੱਧ ਤੋਂ ਪੈਸੇ ਪੂਰੇ ਕਰਦੇ ਅੱਛਾ ਗਾਂ ਦੇ ਨਾਲ ਦੀ ਬਾਹਰ ਬਾਜ਼ਾਰ ਦੇ ਵਿੱਚ 70-75 ਹਜ਼ਾਰ ਮੁੱਲ ਕਰੀ ਜਾਂਦੇ ਲੋਕ ਅੱਛਾ ਆਪਾਂ ਗਾਂ ਜੈਸਨ ਉਹ ਵੀ ਭਾਜੀ 55 ਹਜ਼ਾਰ ਦੀ 55 ਹਜ਼ਾਰ ਦੀ ਮੌਕੇ ਦੇ ਛੋਟ ਛੋਟ ਕਰ ਦੋਗੇ 1000 ਰੁਪਇਆ ਛੋਟ ਕਰਦਾ ਠੀਕ ਆ ਜੀ ਹੁਣ ਇਹ ਕਾਹ ਬੜੇ ਕਮਾਲ ਦੀ ਬੈਠ ਜੇ ਇਹ ਵੱਛੀ ਭਾਜੀ 26-27 ਕਿਲੋ ਦੁੱਧ ਵਾਲੀ ਹਾਂ ਦੇਖ ਸਕਦੇ ਥਾਣੇ ਦੇ ਵੀ ਲੱਗੇ ਤਾਂ ਲਿਆ ਖੋਲੋ ਹਾਂ ਬਾਹਰ ਇਹਨਾਂ ਵੀ ਇਹ ਕਿੰਨਾ ਟਾਈਮ ਖੜਦੀ ਜੀ ਸੂਨ 'ਚ ਇਹਦੇ ਭਾਜੀ 1 ਤਰੀਕ ਨੂੰ ਦਿਨ ਪੂਰੇ ਕਰਦੀ ਇਹ ਨਵੇਂ ਸਾਲ ਵਾਲੇ ਦਿਨ ਜਿਹੜੇ ਦਿਨ ਪੂਰੇ ਕਰਦੀ ਜੀ ਹਾਂ ਦੇਖ ਸਕਦੇ ਜੀ ਪੂਰੇ ਵੱਡੇ ਕੱਦ ਕਾਠਤੀ ਜੀ ਆਹ ਜਿਹੜੀ ਇਹਨਾਂ ਵੀਰ ਜੀ ਬਾਹਰ ਹੀ ਪਾਉਂਦੇ ਨਹੀਂ ਤੇ ਬਾਕੀ ਆਹ ਦੇਖ ਸਕਦੇ ਜੀ ਅਜੇ ਹਵਾਨਾ ਜਿਹੜਾ ਇਹਨੇ ਪੂਰਾ ਭਰਨਾ ਵਾ ਕੁਛ ਕੁਛ ਭਲਾਵੀ ਹਵਾਨੇ ਤੇ ਜਿਹੜੀਆਂ ਹੈਗੀਆਂ ਵਾ ਤੇ ਇਹ ਵੀਰ ਜੀ ਕਿੰਨੇ ਦੁੱਧ ਵਾਲੀ ਜੀ ਇਹ ਭਾਜੀ 26-27 ਕਿਲੋ ਦੁੱਧ ਪਹਿਲਾਂ ਵੱਛੀ ਨੇ ਚਵਾਇਆ ਜੀ ਤੇ ਥਣ ਥਣ ਓਕੇ ਸਾਰੇ ਬਿਲਕੁਲ ਓਕੇ ਰਿਪੋਰਟ ਕੋਈ ਇਹ ਗੱਲੋਂ ਕੋਈ ਟੈਨਸ਼ਨ ਨਹੀਂ ਭਾਜੀ ਤੇ ਵੇਖੋ ਗਾਂ ਦੀ ਹਾਈਟ ਲੈਂਥ ਸਾਰੀਆਂ ਪੱਖੋਂ ਚੰਗੀ ਆ ਤੇ ਇਹਦਾ ਮੁੱਲ ਭਾਜੀ ਇਹਦਾ ਵੀ ਜਾਇਜ਼ ਹੀ ਮੁੱਲ ਕਿੰਨਾ ਹੈ ਕਿ ਨਹੀਂ ਵੱਛੀ ਦੇ ਕੁੜੀਆਂ 90-95 ਹਜ਼ਾਰ ਰੁਪਏ ਦੀ ਜਿੱਦਾਂ ਮਰਜ਼ੀ ਮੰਡੀ ਮੁੱਲ ਕਰੀ ਜਾਂਦੇ ਆ ਹਾਂਜੀ ਹਾਂਜੀ ਆਪਾਂ 75 ਹਜ਼ਾਰ ਦੀ ਵੱਛੀ ਦੇ ਦਾਂ 75 ਹਜ਼ਾਰ ਦੀ ਦੇ ਦੋਗੇ ਬਾਕੀ ਮੌਕੇ ਤੇ ਹੋਰ ਕਰ ਦੋਗੇ ਮਾਨ ਭਾਜੀ ਮਾਨ ਤੁਹਾਨੂੰ ਥੈਂਕ ਯੂ
ਬਾਕੀ ਆ ਦੇਖ ਸਕਦੇ ਜੇ ਪੂਰੀ ਭਰਨੀ ਆ ਜਿਹੜੀ ਕੁਛ ਭਲਾਵੀ ਆ ਜਿਹੜੀਆਂ ਹਵਾਨੇ ਤੇ। ਠੀਕ ਆ ਜੀ, ਚਲੋ ਇੱਕ ਰਹਿ ਗਈ ਆ ਹੋਰ ਜਿਹੜੀ ਉਹ ਵੀ ਦਿਖਾ ਦਈਏ ਉਹਨਾਂ ਵੀਰ ਜੀ, ਫਿਰ ਤੋਰ ਦਈਏ ਇੱਕ ਵਾਰੀ ਉਹ ਵੀ ਗੱਭਣੀ ਆ। ਇਹਦਾ ਕਲਰ ਬੜਾ ਆ ਜੀ ਅਲੱਗ ਜਿਹਾ ਜੇ। ਅੱਛਾ ਗਾਂ ਦੇ ਰੂਪ ਚ ਮੱਝ ਪੂਰੀ ਜੰਮੀ ਪਲੀ ਆ ਜਿਹੜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਆ, ਕਾਫੀ ਘੱਟ ਲੱਭਦਾ ਅਵਲਾ ਰੰਗ ਆਪਾਂ ਨੂੰ। ਸਾਹੀਵਾਲ ਚ ਆ ਜਿਹੜੀ, ਆ ਜਾਓ ਲੈ ਆਓ ਜੀ, ਲੈ ਜਾਓ ਇਹਨੂੰ ਅੰਦਰ ਹੀ। ਇਹਨਾਂ ਵੀ ਵੀਰ ਜੀ ਨਹੀਂ ਤਾਂ ਬਾਹਰ ਹੀ ਬੰਦ ਹੋ, ਇੱਥੇ ਚੰਗੀ ਤਰ੍ਹਾਂ ਦਿਖਾਈ ਇਹਨੂੰ। ਹਾਂ ਦੇਖ ਸਕਦੇ ਜੇ, ਬਾਕੀ ਥਣ ਵੀ ਬੜਾ ਪਿਆਰਾ, ਬਾਕੀ ਸਾਂਭੀ ਸੁੰਭੀ ਬੜੀ ਆ, ਚੰਗੇ ਬੋੜੀ ਵੇਟਦੀ ਆ। ਤੇ ਇਹ ਵੀਰ ਜੀ ਕਿੰਨਾ ਦੁੱਧ ਚਵਾਜੂਗੀ? ਭਾਜੀ ਸੂਆ ਇਹਦਾ ਦੂਜਾ ਆ, ਪਹਿਲਾਂ ਮੱਛੀ ਨੇ 15 ਤੋਂ 16 ਕਿਲੋ ਦੁੱਧ ਚਵਾਇਆ। ਅੱਛਾ ਹਾਂਜੀ, ਤੇ ਯਾਰ ਕੀ ਖਾਸ ਸੱਜਣ ਬੰਦੇ ਆ ਕੋ ਲਈ ਬੈਠ। ਅੱਛਾ ਸੀ ਸਾਊ ਬੜੀ ਜਿਆਦੀ ਚੰਗੀ ਆ। ਅੱਛਾ 20 ਕਿਲੋ ਹੀ ਦੁੱਧ ਮੱਛੀ ਚਵਾ ਦੂਗੀ? 20 ਲੀਟਰ ਚਵਾ ਜੂਗੀ। ਹਾਂਜੀ, ਤੇ ਇਹਦਾ ਮੁੱਲ? ਤੇ ਮੁੱਲ ਤਾਂ ਮੱਛੀ ਇਹੋ ਜੀ ਬਾਹਰ ਬਾਜ਼ਾਰ ਚ ਅੱਜ 65-70 ਨੂੰ ਹੀ ਹੋ ਗਿਆ ਵਾ ਕੰਮ, ਜਿੱਦਾਂ ਦਾ ਮਹਿੰਗਾਈ ਹੋ ਗਈ ਨਾ। ਹਾਂਜੀ ਹਾਂਜੀ, ਮਹਾਰਾਸ਼ਟਰ ਗੁਜਰਾਤ ਨੂੰ ਮਾਲ ਬੜਾ ਜਾਣ ਡਿਆ ਆ। ਹਾਂਜੀ, 55,000 ਦੀ ਭਾਜੀ ਬੈਠ ਦੇ ਦਾਂਗੇ। 55,000 ਦੀ, ਬਾਕੀ ਮੌਕੇ ਤੇ ਕਰ ਦੇਗਾ ਮਨ ਤਾਂ। 1000 ਰੁਪਇਆ ਭਾਈ ਛੱਡ ਦਾਂਗੇ। ਤੇ ਉਤਰਾ ਸੀਲਸ ਲੱਗ ਗਏ ਵੀ? ਸੀਲ ਸਾਊ ਠੰਡੀ। ਠੀਕ ਹੈ ਜੀ, ਇਹ ਗੱਲੋਂ ਕੋਈ ਟੈਨਸ਼ਨ ਨਹੀਂ। ਠੀਕ ਹੈ ਵੀਰ ਜੀ, ਹੋਰ ਕੁਝ ਕਹਿਣਾ ਫਿਰ? ਬਸ ਕਹਿਣਾ ਵੀਰਾਂ ਨੂੰ ਇਹੋ ਹੀ ਆ ਵੀ ਚਲੋ ਸਾਫ ਸੁਥਰਾ ਕੰਮ ਕਰਿਆ ਕਰੋ ਸਾਰੇ ਵੀਰ ਭਰਾ। ਹਾਂਜੀ ਹਾਂਜੀ, ਤੇ ਇੱਕ ਵੀਰ ਜੀ ਬੇਨਤੀ ਹੋਰ ਭਰਾਵਾਂ ਨੂੰ ਕਰਨੀ ਆ। ਹਾਂਜੀ, ਵੀ ਮਤਲਬ ਜਿੱਥੋਂ ਵੀ ਮਾਲ ਲੈਣਾ ਕਿ ਨਹੀਂ, ਹਾਂਜੀ ਤਸੱਲੀ ਕਰਕੇ ਲਿਆ ਕਰੋ। ਤਸੱਲੀ ਕਰਕੇ ਲਿਆ ਕਰੋ, ਬਿਨਾਂ ਵੇਖੇ ਜਾਚੇ ਜੋ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਇਆ ਕਰੋ। ਹਾਂਜੀ ਹਾਂਜੀ ਹਾਂਜੀ, ਆਪਣਾ ਸੱਜਣ ਇੱਕੋ ਦਿਨ ਹਰਿਆਣੇ ਤੋਂ ਠੱਗੀ ਹੋ ਗਈ ਆ। ਅੱਛਾ ਹਾਂਜੀ, ਠੀਕ, ਪੈਸੇ ਪਵਾਲੇ ਬੰਦਿਆਂ ਨੇ ਖਾਤੇ ਦੇ ਵਿੱਚ ਵੀ ਉਹਨਾਂ ਨੂੰ ਜਲੰਧਰ ਆ ਗਏ, ਅਸੀਂ ਇੱਥੇ ਆ ਗਏ ਆ। ਅੱਛਾ, ਤੇ ਉਹ ਭਾਜੀ ਕੋਈ ਵੀ ਨਹੀਂ, ਨੰਬਰ ਵੀ ਬੰਦ ਹੋ ਗਏ ਬੰਦਿਆਂ ਦੇ। ਅੱਛਾ, ਨਾ ਪੈਸੇ ਆਏ ਤੇ ਨਾ ਡੰਗਰੀ ਆ, ਕੱਖ ਨਹੀਂ ਲੱਭਾ। ਠੀਕ ਹੈ ਜੀ, ਲੱਗਾ ਬੰਦਿਆਂ ਦਾ। ਬਾਕੀ ਇਹ ਹੈ ਕਿ ਜਿਹੜੇ ਬੰਦਿਆਂ ਦੀ ਰੈਗੂਲਰ ਵੀਡੀਓ ਪੈਂਦੀਆਂ ਵਾ ਉਹਨਾਂ ਤੋਂ ਮਾਲ ਜਿਹੜਾ ਵਾ ਖਰੀਦੇ ਬੰਦਾ ਜਿਹੜਾ ਵਾ, ਆਪਣੀ ਤਸੱਲੀ ਕਰਿਆ ਕਰੋ, ਕਿਉਂਕਿ ਹਰ ਬੰਦੇ ਨੇ ਜਿੰਨੇ ਭਾਜੀ ਲੈਣੀ ਦੁੱਧ ਵਾਸਤੇ ਲੈਣੀ ਆ। ਜਿਹੜੇ ਇਹ ਆ ਕਿ ਜਿਹੜੇ ਚੈਨਲ ਵੀ ਜਿਹੜੇ ਪੱਕੇ ਜਿਹੜੇ ਪੁਰਾਣੇ ਚੱਲਦੇ ਆਉਂਦੇ ਆ ਉਹਨਾਂ ਵੀਰਾਂ ਤੋਂ ਜਿਹੜਾ ਵਾ, ਜਿੱਦਾਂ ਵੀ ਜੀ ਤੁਹਾਡਾ ਚੈਨਲ ਆ। ਹਾਂਜੀ ਹਾਂਜੀ, ਜਿਹੜੇ ਬਾਕੀ ਹੋਰ ਵੀ ਵੀਰਾਂ ਦੇ ਜਿਤਨਾ ਚੈਨਲ ਆ, ਜਿਹੜੇ ਮੰਨ ਲਓ ਵਪਾਰੀ ਫੋਨ ਨਾ ਚੁੱਕੋ ਤੁਸੀਂ ਚੁੱਕੋਗੇ। ਹਾਂਜੀ ਹਾਂਜੀ ਹਾਂਜੀ, ਇਹ ਚੀਜ਼ ਆ ਵੀ ਵੇਖ ਜਾਂਚ ਕੇ ਜਿੱਥੇ ਵੀ ਮਤਲਬ ਵਿਸ਼ਵਾਸ ਵਾਲਾ ਕੰਮ ਹੋਵੇ। ਹੁਣ ਮੰਨ ਲਓ ਕਿ ਆਪਾਂ ਤੁਹਾਡੇ ਕੋਲ ਹੀ ਆਏ ਹਾਂ, ਸਾਨੂੰ ਤੁਹਾਡੇ ਘਰ ਦਾ ਪਤਾ, ਪਰਿਵਾਰ ਦਾ ਸਾਰਾ ਕੁਝ ਪਤਾ ਵਾ, ਟਿਕਾਣੇ ਦਾ ਪਤਾ। ਹਾਂਜੀ ਹਾਂਜੀ, ਸਾਰਾ ਮਤਲਬ ਤੁਹਾਨੂੰ ਪਤਾ ਆ। ਹਾਂਜੀ ਹਾਂਜੀ, ਹੁਣ ਜਿਹੜਾ ਫੇਕ ਵੀਡੀਓ ਜਿੱਦਾਂ ਉਹ ਕਿਸੇ ਦੀ ਮੱਝ ਵਿਖਾਲ ਕੇ ਮੱਝ 1-1.5 ਲੱਖ ਦੀ ਮੱਝ ਦੇ 70,000 ਰੁਪਇਆ ਨਾ ਉਹ ਖਾਤੇ ਚ ਪਵਾ ਲਿਆ ਭਾਜੀ। ਹਾਂਜੀ ਹਾਂਜੀ, ਤੇ ਉਹਨਾਂ ਨੂੰ ਕਹਿੰਦੇ ਤੁਹਾਡੀ ਮੱਝ ਲਾਦਲੀ ਆ ਜੀ, ਜਲੰਧਰ ਆ ਗਏ ਆ ਜੀ, ਅੰਮ੍ਰਿਤਸਰ ਆ ਗਏ ਆ ਜੀ। ਹਾਂਜੀ ਹਾਂਜੀ, ਉਹ 2 ਦਿਨ ਭਾਜੀ ਇਦਾਂ ਹੀ ਕੰਮ ਰਿਹਾ। ਬਾਕੀ ਨਿਹਰਾ ਰੇਟ ਹੱਲ ਨਾ ਵੇਖਿਆ ਕਰਨਾ, ਅਗਲੇ ਬੰਨੇ ਬੰਦੇ ਵੀ ਵੇਖਿਆ ਕਰਨਾ। ਹਾਂਜੀ ਹਾਂਜੀ, ਕਿਉਂਕਿ ਹਰ ਬੰਦੇ ਦਾ ਮਿਹਨਤ ਦਾ ਵਿਧੀ ਪੈਸਾ ਆ। ਹਾਂਜੀ ਹਾਂਜੀ, ਲੈਣੀ ਤੇ ਦੁੱਧ ਵਾਸਤੇ ਹੁੰਦੀ ਕਿਸੇ ਨੇ ਮਤਲਬ ਆਪਣਾ ਕਾਰੋਬਾਰ ਚਲਾਉਣ ਵਾਸਤੇ। ਹਾਂਜੀ ਹਾਂਜੀ ਹਾਂਜੀ, ਜੇ ਕਿਸੇ ਮਹਾਤਲ ਬੰਦੇ ਨਾਲ ਠੱਗੀ ਹੋ ਗਈ ਤੇ ਉਹ ਮਾਰਿਆ ਗਿਆ ਭਾਜੀ। ਠੀਕ ਹੈ ਜੀ, ਠੀਕ ਹੈ ਬਹੁਤ ਬਹੁਤ ਧੰਨਵਾਦ ਜੀ। ਵੀਰ ਜੀ ਨਾਲ ਕਹਿਣ ਦਾ ਮਤਲਬ ਇਹ ਆ ਕਿ ਜਾਂ ਜ਼ਰੂਰੀ ਨਹੀਂ ਕਿ ਇਕੱਲੇ ਸਾਡੇ ਚੈਨਲ ਤੋਂ, ਬਾਕੀ ਹੋਰ ਵੀ ਜਿਹੜੇ ਕਈ ਚੈਨਲਾਂ ਵਾਲੇ ਵੀਰ ਜਿਹੜੇ ਆਪਣੇ ਪੁਰਾਣੇ ਆ ਜਿਹੜੇ ਕੰਮ ਕਰਦੇ ਆ ਉਹਨਾਂ ਦਾ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਅਸੀਂ ਇਸ ਘਰ ਦੇ ਵਿੱਚ ਵੀਡੀਓ ਬਣਾਉਂਦੇ ਹਾਂ, ਚੰਗੇ ਬੰਦਿਆਂ ਦੀ ਸਾਰਿਆਂ ਨੇ ਵੀਡੀਓ ਬਣਾਉਣੀ ਹੁੰਦੀ ਹੈ। ਬਾਕੀ ਜਿਹੜੇ ਕਈ ਬੰਦੇ ਜਿਹੜੇ ਆ ਅਣਜਾਣ ਆ ਉਹਨਾਂ ਤੋਂ ਜਿਹੜਾ ਬਚ ਕੇ ਰਿਹਾ ਕਰੋ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਪਸ਼ੂ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।